ਜੀ ਜਿਵੇਂ ਦੀਦੀ ਕੋਲ ਪਹੁੰਚੀ ਫੇਸ਼ੀਅਲ ਕਰਾਉਣ ਵਾਸਤੇ ਵੇਖਦੇ ਆ ਭਲਾ ਮਿਲਦੇ ਕਿ ਨਹੀਂ, ਕਿਉਂਕਿ ਉਹਨਾਂ ਕਾਫੀ ਜ਼ਿਆਦਾ ਕਲਾਇੰਟ ਉਹਨਾਂ ਕੋਲ ਹੁੰਦੇ, ਉਹਨਾਂ ਕੋਲ ਟਾਈਮ ਦੀ ਲੋੜ ਹੁੰਦੀ, ਪਰ ਮੈਂ ਉਹਨਾਂ ਨੂੰ ਵੈਸੇ ਕੱਲ੍ਹ ਦੱਸਿਆ ਹੋਇਆ ਸੀ, ਪਰ ਯਾਦ ਰਹਿੰਦਾ ਕਿ ਨਹੀਂ ਅੱਜ ਮਿਲਦੇ ਆ। ਅੱਜ ਤੁਹਾਨੂੰ ਵੀ ਨਾਮ ਲਾਉਣਾ, ਕਿਉਂਕਿ ਇਹਨਾਂ ਦਾ ਕੰਮ ਇੰਨਾ ਜ਼ਿਆਦਾ ਵਧੀਆ ਹੈ ਨਾ, ਬਹੁਤ ਸੋਹਣਾ। ਹੁਣ ਇਹ ਕਿ ਮੈਨੂੰ ਮਿਲ ਜਾਣ ਸਹੀ ਹੋ ਜਾਂਦਾ। मेहनत भी बहुत ज्यादा की, मेहनत करके सारा कुछ सर्वाइव करने वादिया किया, बहुत सारा स्टूडियो ने पा लिया। कितना चलता जल्दी फिर अवली आ गई कार्बन फेशियल, फोटो फेशियल, स्किन रिजुवेनेशन, हेयर रिडक्शन, काफी कुछ आ गया। ते ए हैगी फैट रिडक्शन, जिदा फेस नहीं है तुहाडा भी हैगा इत्थे थोड़ा अच्छा। अज तुहाडा ब्लेमिशेस दा करांगे, फिर नेक्स्ट नेक्स्ट स्टेप आपां चलदे रहांगे। डबल चिन भी हो गए ना, जिन्हां दे डबल चिन हुंदे आ ना उहनां दी जॉ लाइन जिदा शार्प नहीं हुंदी, उहनां वास्ते हाइपो मशीन आ गई। फेस फैट रिडक्ट करदी है, बैली फैट भी करदी है। ओवरऑल बॉडी दी कितने भी फैट, जो सानू जिम नहीं जाया जांदा, सानू फूडिंग ते नहीं कंट्रोल है, नहीं जाता कि खान ते कंट्रोल ही है, फट ते बिल्कुल नहीं है। ते उस उना वास्ते थोड़ी मैं भी बहुत मोटी हो गई थी। मैं खुद लिया हुआ एक सेशन, तो मेरी भी सानू जॉ लाइन थोड़ी शार्प लग रही है। अज तुहाडे असीं करांगे पहला हाइड्रा पर्ल, फर्स्ट सॉल्यूशन फिर हाइड्रा पर्ल, फिर ਤੁਹਾਡਾ ਕਰਾਂਗੇ ਅਸੀਂ ਹਾਈਪਰ ਪਿਗਮੈਂਟੇਸ਼ਨ ਬਲੈਮਿਸ਼ਸ ਦਾ ਟ੍ਰੀਟਮੈਂਟ। ਅੱਛਾ ਠੀਕ, ਅੱਜ ਤੁਹਾਡਾ ਟ੍ਰੀਟਮੈਂਟ ਸਟਾਰਟ ਆ। ਠੀਕ ਹੈ, ਥੈਂਕ ਯੂ ਫॉर ਸਟਾਰਟ। ਆਈਂ ਕਰ ਦਿੱਤਾ ਹੈ ਦੀ ਦਾ ਫੇਸ਼ੀਅਲ ਸਟਾਰਟ, ਤੇ ਪਹਿਲਾਂ ਅਸੀਂ ਸਕਸ਼ਨ ਕੀਤਾ ਹੈ, ਉਹ ਓਪਨ ਪੋਰਸ ਵਾਸਤੇ ਬਲੈਕ ਐਂਡ ਵਾਈਟ ਰੇਡਸ ਨੂੰ ਰਿਡਕਟ ਕਰਦਾ ਹੈ। ਹੁਣ ਅਸੀਂ ਯੂਜ਼ ਕਰਨੇ ਆ ਬਲੈਮਿਸ਼ਸ ਦਾ, ਬਲੈਮਿਸ਼ਸ ਇਕੁਇਪਮੈਂਟ ਆ ਜਿਹਨਾਂ ਦੇ ਬਲੈਮਿਸ਼ਸ ਲਾਈਟ ਹੁੰਦੇ ਆ। ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫੇਰ ਇੱਕ ਵਾਰੀ। ਅਤੇ ਜਿਹਦਾ ਹੋ ਰਿਹਾ ਹੁਣ ਹਾਈਪਰ ਪਿਗਮੈਂਟੇਸ਼ਨ ਦਾ ਕਾਰਬਨ ਫੇਸ਼ੀਅਲ ਹੋ ਰਿਹਾ ਆ। ਜਿਹਦੇ ਜਿੱਦਾਂ ਬਲੈਮਿਸ਼ ਸੀਗਾ, ਓਪਨ ਪੋਰਸ ਸੀਗਾ, ਡਲ ਸਕਿਨ ਸੀਗੀ, ਉਹਦੇ ਵਾਸਤੇ ਹੁਣ ਕਾਰਬਨ ਦਾ ਅੱਜ ਦਾ ਫਸਟ ਸਿਟਿੰਗ ਆ ਕਾਰਬਨ ਦੀ। ਅਤੇ ਨੈਕਸਟ ਟਾਈਮ ਵੇਖਾਂਗੇ ਕੀ ਰਿਜ਼ਲਟ ਆਉਂਦਾ 21 ਡੇਜ਼ ਬਾਅਦ, ਅਤੇ ਉਹਦੇ ਹਿਸਾਬ ਨਾਲ ਆਪਾਂ ਜਿਹਦਾ ਕੰਮ ਸਟਾਰਟ ਕਰਦੇ ਹਾਂ। ਹਾਂਜੀ, ਹੁਣ ਆਪਣਾ ਫੇਸ਼ੀਅਲ ਜਿਹੜਾ ਉਹਨਾਂ ਕਰਤਾ ਹੈ, ਅਤੇ ਬਾਕੀ ਇਹੀ ਤੁਹਾਨੂੰ ਰਿਜ਼ਲਟ ਜਿਹੜੇ ਨਾਲ ਨਾਲ ਦੱਸਾਂਗੇ, ਕਿਉਂਕਿ ਮੇਰੇ ਕਾਫੀ ਜ਼ਿਆਦਾ ਫੇਸ 'ਤੇ ਫਰਕ ਪੈ ਗਿਆ। ਅਤੇ ਮੈਂ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰ ਲੱਗੀ, ਕੰਟੈਕਟ ਨੰਬਰ ਵੀ ਉਹਨਾਂ ਦਾ ਨਾ, ਅਤੇ ਇੰਸਟਾਗ੍ਰਾਮ 'ਤੇ ਜਾ ਕੇ ਪੇਜ ਚੈੱਕ ਕਰ ਸਕਦੇ। ਉਹਨਾਂ ਰੋਜ਼ ਦੇ ਰਿਜ਼ਲਟ ਕਾਫੀ ਹੁੰਦੇ, ਕਾਫੀ ਆ ਰਸ਼ ਹੀ ਅਜੇ ਵੀ ਕਸਟਮਰ ਉਹਨਾਂ ਬਾਹਰ ਬਿਠਾਏ ਆ। ਅਤੇ ਮੈਂ ਆਪਣੇ ਬੇਬੀ ਕਰਕੇ ਜਲਦੀ ਚੱਲੀ ਘਰ, ਹੁਣ ਜਦੋਂ ਮੈਨੂੰ ਲੈਣ ਵਾਸਤੇ ਆਉਣ ਲੱਗੇ ਆ। ਅਤੇ ਬਾਕੀ ਤਾਂ ਰਿਜ਼ਲਟ ਜਿਹੜੇ ਕੱਲ੍ਹ ਨੂੰ ਫਿਰ ਜ਼ਿਆਦਾ ਦਿਖਣਗੇ। ਅਤੇ ਆ ਉੱਥੋਂ ਕਾਫੀ ਜ਼ਿਆਦਾ ਮੇਰਾ ਫੇਸ ਜਿਹੜਾ ਖਰਾਬ ਹੋਇਆ ਸੀ, ਉਹ ਵੀ ਸਹੀ ਹੋਣਾ ਸ਼ੁਰੂ ਹੋ ਗਿਆ, ਕਿ ਤੁਸੀਂ ਬੜਾ ਸੋਹਣਾ ਕਰਤਾ ਮੇਰਾ ਫੇਸ 'ਤੇ। ਹੁਣ ਫਿਰ ਆਉਂਗੀ, देखो जी तुम देख सकते हो, पहला दिन ने मेकअप किया सीगा, हुण मेकअप तो बिना आ, हुण ग्लो चेक कर लो, ब्लैमिशेस ये चेक करो कि तुम कितनी लाइट हुई हो। आए कि जेल लाए, ये साड़ी अहीं आप खुद कस्टमाइज करवाई आ, पर नाम ही चलदा मेरी भैन दा। हां जी बिल्कुल, नाम ही चलदा। ते कस्टमाइज कराई, इनु 3 टाइम इन्होंने यूज करना है। जितनी यूज करोगे तो ताड़ी ब्लैमिशेस विद इन 1 मंथ तुम देखो कितनी लाइट हो जाती है। टाइम लगूगा ना करूं, टाइम लाउणा पैणा। हुण मैं ट्रीटमेंट स्टार्ट करता हूं, स्ट्रिक्टली आ, तुहानूं वी करना ही आ काम अपना। चलो कोशिश करूंगी मैं, दो टाइम ते कर सकदी, बेबी करके थोड़ा जिहा टाइम लगा। हां जी, मैं तुहानूं वे दसदा ना, ओवें तुसीं यूज करना। ठीक है, कोई फेस वॉश नहीं यूज करना, कोई कुछ नहीं यूज करना। अच्छा ठीक, बस इन्हें ही यूज करना, बिकॉज़ ये होममेड जेल आ, इहदा कोई साइड इफेक्ट नहीं है। ठीक है, साडा दिनों दिन देखो किदां फेस डे बाय डे ग्लो करदा। ਹਾਂਜੀ, ਹੁਣ ਮੇਰੀ ਭੈਣ ਦੀ ਖਾਣਾ ਖਾ ਕੇ ਜਾਇਆ, ਨਹੀਂ ਤਾਂ ਮੈਂ ਤਾਂ ਜਾਣ ਨਹੀਂ ਦੇਣਾ। ਅਤੇ ਮੈਨੂੰ ਬੜਾ ਵਧੀਆ ਲੱਗਾ ਰਿਹਾ, ਅਤੇ ਹੁਣ ਰੋਟੀ ਖਾ ਕੇ ਫਿਰ ਮੈਂ ਚੱਲਦੇ ਹਾਂ। ਜਦੋਂ ਦਿੰਦੇ ਨੇ ਆਉਣਾ ਛੇ ਛੇ ਦੀ ਖਾ ਲਓ, ਕਿਉਂਕਿ ਨਮਾਜ਼ ਰੋਣ ਦੇ ਹਨ। ਖਾਣਾ ਤਾਂ
ਮੈਂ ਮੇਰੇ ਭੁੱਖ ਬੜੀ ਲੱਗੀ ਤੇ ਸੱਚੀ ਨੇ ਸੂਲਾ ਮਾਰ ਲਈ ਨਹੀਂ ਤੇ ਮੈਂ ਤਾਂ ਭੁੱਖੀ ਰਹਿ ਜਾਣਾ ਤੇ ਮੈਂ ਭੈਣ ਨੂੰ ਰੋਟੀ ਤੋਂ ਬਿਨਾਂ ਭੇਜਣਾ ਹੈ ਨਹੀਂ ਸੰਗ ਖਾਂਦਾ ਬੰਦਾ ਕਹਿ ਹੀ ਹੁੰਦਾ ਨਹੀਂ ਨਹੀਂ ਲੋੜ ਨਹੀਂ ਭੈਣ ਘਰ ਸੰਗਣਾ ਭੈਣ ਘਰ ਹੀ ਸੰਗਣਾ ਚਾਹੀਦਾ ਵੈ ਜਿਤਿੰਦਰ ਨੂੰ ਲੈਣ ਕਰਕੇ ਆ ਗਏ ਉਹ ਟੂਰਨਾਮੈਂਟ ਸਿੱਧਾ ਇੱਧਰ ਨੂੰ ਆ ਗਏ ਸਿੱਧਾ ਆ ਗਿਆ ਮੈਂ ਭੇਜ ਗਿਆ ਉਹਦਾ ਤੁਸੀਂ ਪਹਿਣਾ ਨਹੀਂ ਹਨਾ ਕਹਿਣਾ ਮੋਹੇ ਦੀ ਰੋਟੀ ਨਹੀਂ ਮੁੱਕੀ ਇਹਨਾਂ ਪਹਿਣਾ ਨਹੀਂ ਉਹਦਾ ਭਾਣੇ ਲੱਗਾ ਕੇ ਵੀ ਦੇ ਉਹਦਾ ਕਹਿੰਦਾ ਚੱਲੀ ਚੱਲੀ ਮੁੰਡਾ ਰੋਂਦਾ ਨਵਾਂ ਨਵਾਂ ਮੇਲਾ ਕਰ ਲੈਨੇ ਆ ਹਾਂਜੀ ਛੇਤੀ ਆ ਗਏ ਉਹਨੂੰ ਹੁਣ ਵੇਟ ਹੋ ਰਹੀ ਏ ਮਨਦੀਪ ਦੀ ਸਿਸਟਰ ਦੀ ਮੇਰੀ ਭੈਣ ਦੀ ਵੇਟ ਹੁੰਦੀ ਮੇਰੀ ਫਰੈਂਡ ਵੀ ਆ ਮੇਰੀ ਸਿਸਟਰ ਵੀ ਆ ਕਿਉਂਕਿ ਉਹਨੇ ਮੈਨੂੰ ਮਾਰਦਾ ਜੇ ਮੈਨੂੰ ਕੁਛ ਕਰਦਾ ਅੱਗੇ ਗੁੱਸਾ ਬੜਾ ਕਰਨ ਦੀ ਕਿਉਂਕਿ ਮੇਰੇ ਕੋਲ ਨਾ ਯਾਦ ਨਹੀਂ ਰਿਹਾ ਮੈਨੂੰ ਮੈਂ ਸੱਦਿਆ ਸੀ ਉਹਨਾਂ ਦੱਸਿਆ ਉਹਨਾਂ ਦੇ ਨਾ ਕਿਸੇ ਰਿਸ਼ਤੇਦਾਰਾਂ ਦੀ ਡੈਥ ਹੋ ਗਈ ਉਦੋਂ ਤੇ ਉਹ ਮੈਨੂੰ ਬਾਅਦ ਚੰਗਾ ਨਹੀਂ ਲੱਗਾ ਕਿ ਮੈਂ ਉਹਨੂੰ ਬੁਲਾਉਂਗੀ ਤੇ ਫਿਰ ਚੰਗਾ ਨਹੀਂ ਲੱਗਦਾ ਕਿਉਂਕਿ ਖਾਸ ਹੀ ਰਿਸ਼ਤੇਦਾਰ ਸੀ ਉਹਨਾਂ ਦੇ ਤੇ ਉਹਨੇ ਗੁੱਸਾ ਕਰ ਲਿਆ ਕਿ ਮਾਸੀ ਨੂੰ ਕਿਹਾ ਨਹੀਂ ਆ ਮਾਸੀ ਆਈ ਨਹੀਂ ਹੋਰ ਮਾਸੀਆਂ ਬਣਾ ਲਈਆਂ ਮੈਨੂੰ ਮਾਸੀ ਨਹੀਂ ਬਣਾਇਆ ਇੱਦਾਂ ਦੇ ਹੀ ਕਰਨ ਤੇ ਮੈਂ ਉਹਦਾ ਗੁੱਸਾ ਠੰਡਾ ਕਰਤਾ ਜਦੋਂ ਘਰ ਆਊਗੀ ਮੈਂ ਕਿਹਾ ਉਹ ਮਾਫ਼ੀ ਮੰਗ ਰਹੀ ਕਿ ਭੈਣ ਮੈਂ ਤਾਂ ਗਲਤੀ ਹੋ ਗਈ ਮੈਂ ਮੇਰੇ ਨਾਲ ਕਰਦੀ ਬਹੁਤ ਹੀ ਥੋੜ੍ਹਾ ਜਿਹਾ ਟਾਈਮ ਹੁਣ ਥੋੜ੍ਹਾ ਬਿਜ਼ੀ ਹੋ ਗਈ ਉਹ ਵੀ ਮੈਂ ਵੀ ਮੇਰੇ ਕੋਲ ਵੀ ਸਾਲ ਹੋ ਗਿਆ ਤੁਹਾਨੂੰ ਪਤਾ ਇੱਦਾਂ ਹੀ ਘਰੇ ਹੁੰਦੇ ਤਾਂ ਕਿ ਜ਼ਿਆਦਾ ਜਾਏ ਵੈਸੇ ਮੈਂ ਉਹਦੇ ਨਾਲ ਸ਼ੋਪਿੰਗ ਕਰਦੀ ਨਹੀਂ ਉਹਦੇ ਨਾਲ ਘੁੰਮਦੀ ਹੁੰਦੀ ਹਾਂ ਅਤੇ ਹੁਣ ਅੱਜ ਉਹ ਆਉਣ ਲੱਗੀ ਆ ਗੁਰਨਵਾਜ ਨੂੰ ਮਿਲਣ ਆਉਂਦੀ ਮੈਂ ਤੈਨੂੰ ਮਿਲਣ ਨਹੀਂ ਆਉਣ ਲੱਗੀ ਮੈਂ ਇਹਦਾ ਮਤਲਬ ਇਹ ਥੋੜ੍ਹੀ ਕਿ ਤੈਨੂੰ ਛੱਡ ਦੂੰਗੀ ਪਰ ਆਪਣੇ ਭਣੇਵੇਂ ਨੂੰ ਨਹੀਂ ਛੱਡਣਾ ਉਹਨੂੰ ਮਿਲਣ ਆਉਣ ਲੱਗੀ ਜਾਣੀ ਕਿ ਗੁੱਸਾ ਕੀਤਾ ਹੁੰਦੀ ਮੇਰੇ ਨਾਲ ਮੈਂ ਚਲਾਉਂਦੀ ਕਰ ਗੱਲਾਂ ਬਾਤਾਂ ਕਰਦੀ ਤਾਂ ਫਿਰ ਠੀਕ ਠਾਕ ਹੋ ਜਾਈ ਭੈਣ ਆ ਗਈ ਸਤਿ ਸ਼੍ਰੀ ਅਕਾਲ ਤੁਹਾਨੂੰ ਵਧਾਈਆਂ ਸਤਿ ਸ਼੍ਰੀ ਅਕਾਲ ਹੈਲੋ ਗਾਇਸ ਹਾਏ ਅੱਜ ਸੋਹਣੇ ਸੋਹਣੇ ਪ੍ਰਾਹੁਣੇ ਆਏ ਚਸ਼ਮੇ ਲਾ ਲਾ ਕੇ ਵਧੀਆ ਵਧੀਆ ਅੱਜ ਇਹ ਮਾਸੀ ਨਾਰਾਜ਼ ਹੋ ਗਈ ਮਾਸੀ ਨੇ ਤਾਂ ਤੇਰਾ ਸਿਰ ਪਾੜਨਾ ਵਿਹਲੀ ਹੋ ਲੈਂਦੇ ਕਹਿ ਮੈਨੂੰ ਦੂਰ ਬੜੀ ਵਿਆਹੀ ਗਈ ਆ ਤਾਂ ਨੀ ਆ ਜਾਂਦਾ ਚੰਡਿਆਲੇ ਲਾਗੇ ਅੱਜ ਮੈਂ ਕਿਹਾ ਢੋਲ ਨੀ ਲਿਆ ਸਾਦੇ ਅਮਨ ਥਾਲੇ ਖੜਕਾ ਕੇ ਅਮਨ ਦਾ ਨਾਂ ਕਾ ਜਾ ਰਿਹਾ ਮੰਮੀ ਵੀ ਉੱਠ ਕੇ ਆ ਗਏ ਮੰਮੀ ਆ ਅਮਨ ਲੜਨ ਆਈ ਅੱਜ ਤੇਲ ਚੋਲ ਨਹੀਂ ਦਿੱਤਾ ਇਹਨੇ ਵਧਾਈਆਂ ਹੋਏ ਦਾਦੀ ਨੂੰ ਅੰਕਲ ਨੂੰ ਆਪੇ ਸਾਰਾ ਕੁਝ ਬਣਾ ਲੈਣੀ ਘਰੇ ਆਹ ਘਰੇ ਬਣਾਏ ਇਹਨੇ ਮੂੰਹ ਵੀ ਘਰੇ ਬਣਾ ਲੈਂਦੀ ਦਿਹਾੜੀ ਦਾਹਰੀ ਬਣਾਉਂਦੀ ਕਦੀ ਮੇਰੇ ਨਾਲ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਸਹੀ ਗੱਲ ਹੈ ਨਾ ਭੈਣ ਨਾਲ ਲੜੀ ਹੋਣੇ ਤੂੰ ਤੇ ਹੋਣੇ ਸੁਲਾ ਵੀ ਹੋਈ ਵੇਖ ਕ੍ਰਿਸ਼ਨ ਦੀ ਸੁਲਾ ਹੋਈ ਭਾਈ ਨਾਲ ਲੜਪਾ ਕਾਕੇ ਲਈ ਆਈ ਦੋ ਸੂਟ ਸੂਟ ਦੇ ਉੱਥੇ ਲੈ ਦੇ ਦੇ ਤੂੰ ਹਸਪੀਟਲ ਨਹੀਂ ਫੇਰ ਮੈਂ ਨੂੰ ਨਾ ਮੈਂ ਗਈ ਚਲਾ ਚੰਗਾ ਸੱਚ ਤੇ ਮੈਨੂੰ ਪਸੰਦ ਆ ਗਏ ਤੇ ਮੈਂ ਲੈ ਆਏ ਆ ਸੋਹਣੇ ਸੇ ਆ ਕਲਰ ਨੂੰ ਜੱਚਦਾ ਬੜਾ ਹੀ ਆਹੋ ਤੇ ਆ ਆ ਕੈਪ ਵੀ ਮੈਨੂੰ ਬੜੀ ਸੋਹਣੀ ਲੱਗੀ ਹੈ ਜੀ ਸਿਆਲ ਵਾਲਾ ਚੰਗਾ ਕੀਤਾ ਵੈਸੇ ਤੇ ਪਰ ਇੰਨੇ ਖੇਚਰ ਕਿਉਂ ਗਏ ਕੋਈ ਗੱਲ ਨਹੀਂ ਖੇਚ ਆ ਮੈਨੂੰ ਕਿਊਟੀ ਪਾਈ ਦੀਆਂ ਸੌਕਸ ਲੱਗੀਆਂ ਮੈਂ ਹਾਂ ਚੱਲ ਲਓ ਹੁਣ ਮਾਸੀਆਂ ਕੋ ਭੂਆ ਕੋ ਸਾਰਿਆਂ ਕੋ ਪੈਸੇ ਨੀ ਕਹਿੰਦੇ ਮੈਂ ਸਾਰੀਆਂ ਮਾਸੀਆਂ ਤੋਂ ਵੱਖਰੀ ਮਾਸੀ ਨਾ ਮੈਂ ਤਾਂ ਕਰਕੇ ਲੇਟ ਆਈ ਆ ਮੈਂ ਸਪੈਸ਼ਲ ਵਾਲੀ ਮਾਸੀ ਕੋਈ ਨੀ ਨਵੇਂ ਲੈ ਲਾਂਗੇ ਗੁਰਮਤ ਆਏ ਨੇ ਗੁਰਮਤ ਓਹਦੇ ਵਾਧੂ ਆਏ ਨੇ
ਆਪਣੀਆਂ ਸਲਾਵਾਂ ਕਰਕੇ ਦੰਦ ਕੱਢ ਲਏ ਇਹ ਬੜਾ ਸੰਦੀਪ ਵਧੀਆ ਡਿਜ਼ਾਈਨ ਬਣਾ ਰਹੇ ਅੰਦਰ ਵੀ ਹੁਣ ਥੋੜਾ ਜਿਹਾ ਰਹਿ ਗਿਆ ਕੰਮ ਅੰਦਰ ਵਾਲਾ ਉਹ ਸਾਈਡ ਵਾਲੀ ਕੰਧ ਉੱਥੇ ਮੈਂ ਫੋਟੋ ਸ਼ੂਟ ਕਰਨਾ ਹੁੰਦਾ ਤੇ ਉਹ ਵਧੀਆ ਚਾਹੀਦੀ ਮੈਨੂੰ ਇੱਕ ਨੰਬਰ ਦਾ ਮਿਸਤਰੀ ਘੈਂਟ ਏ ਪੇਂਟਰ ਸੋਰੀ ਮਿਸਤਰੀ ਦੇ ਹੋਰ ਹੁੰਦੇ ਆ ਇੱਕ ਨੰਬਰ ਦਾ ਪੇਂਟਰ ਆ ਜੇ ਕਿਸੇ ਨੇ ਐਨਮੂ ਕਰੀ ਨੰਬਰ ਲਿਖਾ ਦੀ ਆਪਣਾ ਮੈਨੂੰ ਠੀਕ ਹੈ ਮੈਂ ਇੱਥੇ ਪਾ ਦੂੰਗਾ ਲਾਗੇ ਲਾਗੇ ਸਾਰੇ ਪੇਂਟ ਕਰਕੇ ਆਇਆ ਕਰਨਾ ਤੂੰ ਹੁਣ ਮਿਸਤਰੀ ਆਉਂਦੇ ਆ ਵੀਰ ਆਉਂਦਾ ਮਿਸਤਰੀ ਆਉਂਦੇ ਆ ਸਹੀ ਗੱਲ ਦੀ